कहा हम कहा, तू 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 कहा हम कहा। जेले वेले सत्ता का खुशाम दी अगे वध्या ते इसहाक आख्या सरकार तुसा कोई गल नहीं करनी, मेरे मौला दे चेहरे ते जलाल आया ते इन्हां दे पासे डेग के फरमेंदे ने फखर की बात करूं नाज करूं भी किसे, फखर की बात करूं नाज करूं भी किसे, ऐसा कोई भी नहीं खुद को मैं तोलूं जिसे, ऐसा कोई भी नहीं खुद को मैं तोलूं जिसे, ऐसा कोई भी नहीं खुद को मैं तोलूं जिसे अपनी अजमत पे। चलो जी होन 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 आजा आजा। सरकार फरमाया फख्र की बात करूं नाज करूं भी किसे, ऐसा कोई भी नहीं खुद को मैं तोलूं जिसे। सरकार फरमाया अपनी अजमत पे किए तबसरे जितने तुमने, ओ मेरे घोड़े के फजाइल हैं ज्यादा इसे, तू कहा हम कहा, 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 तू कहा वाकया होर ए दरबारे शाम का वाकया और काफी सारी एज इतने मुर्शद इमाम हसन अलैहि सलाम, लेकिन जरा कसीदे का टाइटल है भाई तू कहा हम कहा। पीर अकमल शाह जी हम जिथे जिथे फिट होंगे मैं करा दू। बचपन मेरे इमाम का तशरीफ लाइन एक बुजुर्ग ते नजर पै गई, बचपन में एक शेख से ये कहने लगे हसन औकात की बिसात का महवर तलाश कर। क्या बात है क्या बात है क्या बात है, जियो चकड़े आ रहे हो बड़ी मेहरबानी बाबा जी। बचपन में एक शेख से ये कहने लगे हसन औकात की बिसात का महवर तलाश कर, नीचे उतर ये मिंबर नफ्से रसूल है बाप का तो बाप का मिंबर तलाश कर, तू कहा हम कहा, 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 आ गई तो खिलौंदी नहीं। बुजुर्ग की आवाज आई हसन मुझे तुमसे ये उम्मीद नहीं थी। मेरे इमाम के चेहरे पे जलाल आया तो इसके पास देख के फरमाया लेकिन हमें तुमसे यही उम्मीद थी। या तो मैं वो हस्ती हूं
ਕਿ ਸੰਧੇਰੀ ਰਾਤ ਵਿੱਚ ਕਾਇਨਾਤ ਦੇ ਨਬੀ ਨੂੰ ਦੋਸ਼ ਤੇ ਸਵਾਰ ਕਰਕੇ ਸਫ਼ਰ ਕੀਤਾ। ਸਰਕਾਰ ਗੱਲ ਸੁਣ ਲਈ ਜਲਾਲ ਆਇਆ ਤੇ ਇਸ ਤੇ ਬਸ ਟੇਕ ਕੇ ਫਰਮਾਇਆ, ਮੈਂ ਰਿਸਾਲਤ ਕੀ ਛਬੀ ਇਬਨੇ ਅਲੀ ਦੀ ਕਾ ਵਕਾਰ ਹੈ, ਮੇਰੇ ਦਮ ਸੇ ਗੁਲਿਸਤਾਨ ਸ਼ਰੀਅਤ ਮੇ ਬਹਾਰ, ਹੈ ਮੇਰੇ ਦਮ ਸੇ ਗੁਲਿਸਤਾਨ ਸ਼ਰੀਅਤ ਮੇ ਬਹਾਰ। ਓਏ ਫੈਸਲਾ ਕਰਨੇ ਸੇ ਪਹਿਲੇ ਫਾਸਲਾ ਤੋ ਦੇਖ ਲੇ, ਤੂੰ ਮੁਹੰਮਦ ਕੀ ਸਵਾਰੀ ਮੈਂ ਮੁਹੰਮਦ ਕਾ ਸਵਾਰ, ਤੂੰ ਕਹਾ ਮੇਰੇ ਦਮ ਸੇ ਗੁਲਿਸਤਾਨ ਸ਼ਰੀਅਤ ਮੇ ਬਹਾਰ, ਓਏ ਫੈਸਲਾ ਕਰਨੇ ਸੇ ਪਹਿਲੇ ਫਾਸਲਾ ਤੋ ਦੇਖ ਲੇ, ਤੂੰ ਮੁਹੰਮਦ ਕੀ ਸਵਾਰੀ ਮੈਂ ਮੁਹੰਮਦ ਕਾ ਸਵਾਰ, ਤੂੰ ਕਹਾ ਹਮ ਕਹਾ 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 ਤੂੰ ਕਹਾ ਹਮ ਕਹਾ। ਬਾਬਾ ਜੀ ਵਾਪਸ ਚਲੀਏ ਮੌਕੇ ਤੇ, ਮੌਕੇ ਤੇ ਚਲੀਏ ਦਰਬਾਰੇ ਸ਼ਾਹ। ਸਰਕਾਰ ਨੇ ਸੱਤਾਂ ਚੋਂ ਇੱਕ ਬੰਦੇ ਨੂੰ ਤਾੜਿਆ ਹੋਇਆ, ਤੂੰ ਕਹਾ ਹਮ ਕਹਾ ਤੂੰ ਕਹਾ ਹਮ ਕਹਾ। ਮੇਰਾ ਭਾਈ ਹੁਸੈਨ ਮੇਰਾ ਨਾਨਾ ਨਬੀ, ਮੇਰਾ ਭਾਈ ਹੁਸੈਨ ਮੇਰਾ ਨਾਨਾ ਨਬੀ, ਮੇਰਾ ਭਾਈ ਹੁਸੈਨ ਮੇਰਾ ਨਾਨਾ ਨਬੀ। ਮੈਂ ਹਸਨ ਮੁਜਤਬਾ ਮੇਰਾ ਬਾਬਾ ਅਲੀ, ਮੈਂ ਹਸਨ ਮੁਜਤਬਾ ਮੇਰਾ ਬਾਬਾ ਅਲੀ, ਮੈਂ ਹਸਨ ਮੁਜਤਬਾ ਮੇਰੀ ਮਾਂ ਫਾਤਿਮਾ, ਤੂੰ ਕਹਾ ਹਮ ਕਹਾ ਤੂੰ ਕਹਾ ਹਮ ਕਹਾ। ਦਿਨ ਗਿਆ ਨਸੀਬ ਹੋਵਾਂ, ਕਿਆ ਬਾਤ ਹੈ ਕਿਆ ਬਾਤ ਹੈ। ਹੱਥ ਉੱਚਾ ਕਰਕੇ ਨਾਰਾ ਵੇ ਮਿਲ ਕੇ ਪੀਰੜ ਦੀ ਸ਼ਾਨ ਦਾ, ਬਹੁਤ ਮਿਹਰਬਾਨੀ ਹੈ ਨਾ ਮੇਰੀ ਬਾਈ ਜਾਨ, ਥੋੜ੍ਹੀ ਜਿਹੀ ਆਵਾਜ਼ ਖੋਲ ਦਿਓ, ਆਵਾਜ਼ ਗੋਟੀ ਗੋਟੀ। ਜ਼ਿੰਦਗੀ ਨਸੀਬ ਹੋਵੇ ਤੇ ਜਵਾਨੀਆਂ ਮਾਣੋ ਪਏ। ਸਰਕਾਰ ਫਰਮਾਇਆ ਤੂੰ ਕਹਾ ਹਮ ਕਹਾ ਤੂੰ ਕਹਾ ਹਮ ਕਹਾ ਤੂੰ ਕਹਾ ਹਮ ਕਹਾ। ਜਿਹੜੇ ਵੇਲੇ ਸਰਕਾਰ ਨੇ ਆਪਣਾ ਤਾਰਫ ਕਰਵਾਇਆ, ਤਾਰਫ ਕਰਵਾ ਕੇ ਇਹਨਾਂ ਸੱਤਾਂ ਦੇ ਚਿਹਰਿਆਂ ਤੇ ਨਜ਼ਰ ਮਾਰੀ, ਸੱਤਾਂ ਦੇ ਚਿਹਰਿਆਂ ਤੇ ਸ਼ਰਮ ਦੇ ਆਸਾਰ ਨਮੂਦਾਰ ਹੋਏ। ਇਹਨਾਂ ਸ਼ਰਮਿੰਦਿਆਂ ਨੂੰ ਮਜ਼ੀਦ ਸ਼ਰਮਿੰਦਾ ਕਰਨ ਵਾਸਤੇ ਛਾਤੀ ਤਾਣ ਕੇ ਜਲਾਲ ਦੇ ਨਾਲ ਇਹਨਾਂ ਦੇ ਪਾਸ ਡੇਕ ਕੇ, ਮੇਰੇ ਮਾਮ ਕਿਹੜੀ ਗੱਲ ਕੀਤੀ ਏ, ਚੰਦ ਤਾਰੋ ਕੋ ਦਰ ਪੇ ਬੁਲਾਤੇ ਹਮ, ਚੰਦ ਤਾਰੋ ਕੋ ਦਰ ਪੇ ਬੁਲਾਤੇ ਹਮ, ਚੰਦ ਤਾਰੋ ਕੋ ਦਰ ਪੇ ਬੁਲਾਤੇ ਹਮ, ਠੋਕਰੋਂ ਸੇ ਵੀ ਮੁਰਦੇ ਜਗਾਤੇ ਹੈ ਹਮ, ਠੋਕਰੋਂ ਸੇ ਵੀ ਮੁਰਦੇ ਜਗਾਤੇ ਹੈ ਹਮ, ਠੋਕਰੋਂ ਸੇ ਵੀ ਮੁਰਦੇ ਜਗਾਤੇ ਹੈ ਹਮ। ਤੇਰਾ ਸ਼ਜਰਾ ਨਸਬ ਹਸ਼ਰ ਤੱਕ ਲਪਤਾ, ਤੇਰਾ ਸ਼ਜਰਾ ਨਸਬ ਹਸ਼ਰ ਤੱਕ ਲਪਤਾ, ਤੇਰਾ ਸ਼ਜਰਾ ਨਸਬ ਹਸ਼ਰ ਤੱਕ ਲਪਤਾ, ਹਮ ਖੁਦਾ ਕਾ ਪਤਾ ਤੂੰ ਕਹਾ ਹਮ ਕਹਾ।